ਸਾਥੀਓ, ਕਈ ਵਾਰ ਜ਼ਿੰਦਗੀ ਵਿੱਚ ਅਸੀਂ ਅਜਿਹੇ ਮੋੜ 'ਤੇ ਪਹੁੰਚ ਜਾਂਦੇ ਹਾਂ ਜਿੱਥੇ ਸਾਨੂੰ ਸਾਰਾ ਕੁਝ ਹਨੇਰੇ ਵਿੱਚ ਗਿਰਿਆ ਹੋਇਆ ਮਹਿਸੂਸ ਹੁੰਦਾ ਹੈ। ਸਾਡੀਆਂ ਕੋਸ਼ਿਸ਼ਾਂ, ਸਾਡੀ ਮਿਹਨਤ ਅਤੇ ਸਾਡੀਆਂ ਖਵਾਹਿਸ਼ਾਂ, ਸਭ ਕੁਝ ਬੇਕਾਰ ਜਿਹਾ ਜਾਪਦਾ ਹੈ। ਪਰ ਕੀ ਇਹ ਸਾਰੀ ਸਥਿਤੀ ਸਿਰਫ ਇਤਫਾਕ ਹੁੰਦੀ ਹੈ, ਜਾਂ ਫਿਰ ਸਾਡੇ ਧੀਰਜ ਅਤੇ ਰੱਬ ਉੱਪਰ ਵਿਸ਼ਵਾਸ ਦੀ ਅਸਲੀ ਪਰਖ? ਸਿਆਣੇ ਕਹਿੰਦੇ ਨੇ ਕਿ ਰੱਬ ਕਦੇ ਵੀ ਆਪਣਾ ਦਰਵਾਜ਼ਾ ਬੰਦ ਨਹੀਂ ਕਰਦਾ, ਪਰ ਕਈ ਵਾਰ ਉਸ ਦਾ ਫਲ ਉਸ ਸਮੇਂ ਮਿਲਦਾ ਹੈ ਜਦੋਂ ਅਸੀਂ ਸਭ ਕੁਝ ਹਾਰ ਚੁੱਕੇ ਹੁੰਦੇ ਹਾਂ, ਗਵਾ ਚੁੱਕੇ ਹੁੰਦੇ ਹਾਂ। ਕੀ ਤੁਸੀਂ ਕਦੇ ਇਸ ਗੱਲ 'ਤੇ ਵਿਚਾਰ ਕੀਤਾ ਹੈ ਕਿ ਕਿਸੇ ਦੀ ਵਫ਼ਾਦਾਰੀ, ਉਸ ਦੀਆਂ ਛੋਟੀਆਂ ਤਾਤਾਂ ਕਿਵੇਂ ਉਸ ਨੂੰ ਵੱਡੇ ਇਨਸਾਫ਼ 'ਤੇ ਪਹੁੰਚਾ ਦਿੰਦੀਆਂ ਨੇ? ਅੱਜ ਦੀ ਇਹ ਕਹਾਣੀ ਤੁਹਾਨੂੰ ਇਸ ਅਸਰਦਾਰ ਸੱਚਾਈ ਵੱਲ ਲੈ ਕੇ ਜਾਵੇਗੀ ਕਿ ਕੀ ਹੁੰਦਾ ਹੈ ਜਦੋਂ ਸਾਡਾ ਵਿਸ਼ਵਾਸ ਮਜ਼ਬੂਤ ਰਹਿੰਦਾ ਹੈ। ਕੀ ਅਸੀਂ ਜ਼ਿੰਦਗੀ ਵਿੱਚ ਇੱਕ ਅਜਿਹੀ ਮੰਜ਼ਿਲ 'ਤੇ ਪਹੁੰਚਦੇ ਹਾਂ ਜਿੱਥੇ ਸਾਰੀ ਦੁਨੀਆ ਬਦਲ ਜਾਂਦੀ ਹੈ? ਇਸ ਕਹਾਣੀ ਵਿੱਚ ਉਹੀ ਸੱਚਾਈ ਦਰਸਾਈ ਗਈ ਹੈ ਜੋ ਬਹੁਤ ਹੀ ਘੱਟ ਲੋਕ ਸਮਝ ਪਾਉਂਦੇ ਨੇ। ਇਹ ਇੱਕ ਮੁਸਲਮਾਨ ਗਰੀਬ ਮੋਚੀ ਦੀ ਕਹਾਣੀ ਹੈ। ਇੱਕ ਬੋਰਡ ਦੇ ਸੰਘਣੇ ਦਰਖਤ ਦੇ ਹੇਠ ਇੱਕ ਮੋਚੀ ਆਪਣਾ ਕੰਮ ਕਰਦਾ ਸੀ। ਫਟੇ ਪੁਰਾਣੇ ਬੈਗ ਸਿਉਂਦਾ ਅਤੇ ਪੁਰਾਣੀ ਜੁੱਤੀਆਂ ਦੀ ਮੁਰੰਮਤ ਕਰਦਾ। ਆਥਣ ਤੱਕ ਫਿਰ ਕਿਤੇ ਜਾ ਕੇ ਉਹਨੂੰ ਕੁਝ ਕੁ ਕਮਾਈ ਹੁੰਦੀ ਕਿ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਭਰ ਸਕੇ। ਮੋਚੀ ਗਰੀਬ ਤਾਂ ਜ਼ਰੂਰ ਸੀ, ਪਰ ਦਿਲ ਦਾ ਬੜਾ ਸਾਦਾ ਅਤੇ ਅਮੀਰ ਸੀ। ਉਹ ਸਵੇਰੇ ਸਵੇਰੇ ਇੱਕ ਰੋਟੀ ਨਾਲ ਲੈ ਆਉਂਦਾ ਅਤੇ ਦੁਪਹਿਰੇ ਉਹੀ ਰੋਟੀ ਪਾਣੀ ਨਾਲ ਖਾ ਕੇ ਉਸ ਰੱਬ ਦਾ ਸ਼ੁਕਰ ਕਰਦਾ। ਉਸੇ ਰੋਟੀ ਦਾ ਇੱਕ ਟੁਕੜਾ ਲੈ ਕੇ ਉਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡ ਕੇ ਚਿੜੀਆਂ ਨੂੰ ਦਿੰਦਾ। ਚਿੜੀਆਂ ਬੋਰਡ ਦੇ ਨੇੜੇ ਆ ਕੇ ਚੂ ਚੂ ਕਰਦੀਆਂ ਰੋਟੀ ਦੇ ਉਹ ਟੁਕੜੇ ਖਾਂਦੀਆਂ ਅਤੇ ਫਿਰ ਉੱਡ ਜਾਂਦੀਆਂ। ਆਪ ਖਾਣਾ ਖਾ ਕੇ ਅਤੇ ਚਿੜੀਆਂ ਨੂੰ ਖਿਲਾ ਕੇ ਉਹ ਕੁਝ ਸਮੇਂ ਲਈ ਬੋਰਡ ਹੇਠਾਂ ਆਰਾਮ ਕਰਦਾ ਅਤੇ ਨਮਾਜ਼ ਅਦਾ ਕਰਨ ਦੇ ਬਾਅਦ ਦੁਬਾਰਾ ਕੰਮ ਵਿੱਚ ਮਸ਼ਰੂਫ ਹੋ ਜਾਂਦਾ। ਇੱਕ ਦਿਨ ਇੱਕ ਮੁਸਾਫਰ ਆਪਣੇ ਕੀਮਤੀ ਜੁੱਤੀ ਦੀ ਮੁਰੰਮਤ ਕਰਾਉਣ ਲਈ ਮੋਚੀ ਦੇ ਕੋਲ ਆਇਆ। ਉਹ ਕਿਸੇ ਨੇਕ ਆਦਮੀ ਵਾਂਗ ਲੱਗ ਰਿਹਾ ਸੀ। ਉਹਨੇ ਚਿੱਟੇ ਕੱਪੜੇ ਪਾਏ ਹੋਏ ਸੀ, ਸਿਰ 'ਤੇ ਚਿੱਟੀ ਟੋਪੀ ਅਤੇ ਹੱਥ ਵਿੱਚ ਮਾਲਾ ਫੜੀ ਹੋਈ ਸੀ। ਉਸ ਸਮੇਂ ਮੋਚੀ ਰੋਟੀ ਖਾ ਕੇ ਅਤੇ ਉਸਦੇ ਟੁਕੜੇ ਚਿੜੀਆਂ ਨੂੰ ਖਵਾ ਰਿਹਾ ਸੀ। ਮੁਸਾਫਰ ਨੇ ਦੇਖਿਆ ਕਿ ਰੁੱਖੀ ਸੁੱਖੀ ਰੋਟੀ ਵਿੱਚੋਂ ਵੀ ਮੋਚੀ ਨੇ ਚਿੜੀਆਂ ਲਈ ਇੱਕ ਟੁਕੜਾ ਸੰਭਾਲਿਆ ਹੈ ਅਤੇ ਫਿਰ ਹੱਥ ਜੋੜ ਕੇ ਰੱਬ ਦਾ ਸ਼ੁਕਰ ਵੀ ਕੀਤਾ ਹੈ। ਮੁਸਾਫਰ ਨੇ ਉਸ ਨੂੰ ਕਿਹਾ, ਮੀਆਂ, ਤੁਸੀਂ ਸੁੱਕੀ ਰੋਟੀ ਖਾ ਕੇ ਵੀ ਰੱਬ ਦਾ ਸ਼ੁਕਰ ਕਰ ਰਹੇ ਹੋ, ਜਦਕਿ ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਨੇ ਜੋ ਵਧੀਆ ਵਧੀਆ ਖਾਣਾ ਖਾ ਕੇ ਵੀ ਉਸ ਰੱਬ ਦਾ ਸ਼ੁਕਰ ਨਹੀਂ ਕਰਦੇ। ਮੋਚੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਕਿਸੇ ਤੋਂ ਘੱਟ ਨਹੀਂ ਹਾਂ। ਰੱਬ ਨੇ ਮੈਨੂੰ ਸਭ ਤੋਂ ਵੱਡੀ ਦੌਲਤ ਸਿਹਤ ਬਖਸ਼ੀ ਹੈ। ਜੇ ਸਿਹਤ ਹੀ ਨਾ ਹੋਵੇ ਤਾਂ ਇਨਸਾਨ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਖਾ ਸਕਦਾ। ਮੇਰੇ ਹੱਥ ਪੈਰ ਸਲਾਮਤ ਨੇ, ਮੈਂ ਕੰਮ ਕਰ ਸਕਦਾ ਹਾਂ ਅਤੇ ਫਿਰ ਸਬਰ ਦੀ ਦੌਲਤ ਵੀ ਮੇਰੇ ਕੋਲ ਹੈ। ਫਿਰ ਮੈਂ ਰੱਬ ਦਾ ਸ਼ੁਕਰ ਕਿਉਂ ਨਾ ਕਰਾਂ? ਇਹ ਚਿੜੀਆਂ ਮੇਰੀਆਂ ਪੜੋਸੀ ਨੇ, ਇਹਨਾਂ ਦਾ ਵੀ ਹੱਕ ਹੈ। ਮੈਂ ਪੜੋਸੀ ਦਾ ਹੱਕ ਇੱਕ ਬੁਰਕੀ ਨਾਲ ਅਦਾ ਕਰਦਾ ਹਾਂ। ਇਸ ਨਾਲ ਮੇਰਾ ਕੁਝ ਨਹੀਂ ਵਿਗੜਦਾ, ਸੁੱਖ ਇਹਨਾਂ ਦੀ ਚੂ ਚੂ ਸੁਣ ਕੇ ਮੇਰਾ ਹੌਸਲਾ ਹੋਰ ਵੱਧ ਜਾਂਦਾ ਹੈ। ਮੁਸਾਫਰ ਇਹ ਸੁਣ ਕੇ ਬੜਾ ਖੁਸ਼ ਹੋਇਆ। ਉਸਨੇ ਕੁਰਾਨ ਦੀਆਂ ਕੁਝ ਆਇਤਾਂ ਪੜ੍ਹੀਆਂ, ਜਿਵੇਂ ਆਪਾਂ ਗੁਰਬਾਣੀ ਵਿੱਚ ਸਲੋਕ ਪੜ੍ਹਦੇ ਹਾਂ। ਮੋਚੀ ਨੇ ਉਹ ਸਾਰੀਆਂ ਆਇਤਾਂ ਅਦਬ ਨਾਲ ਸੁਣੀਆਂ ਅਤੇ ਕਿਹਾ, ਇਹਨਾਂ ਆਇਤਾਂ ਦਾ ਮਤਲਬ ਮੈਨੂੰ ਵੀ ਸਮਝਾ ਦਿਓ। ਮੁਸਾਫਰ ਨੇ ਕਿਹਾ,
ਇਹਨਾਂ ਆਇਤਾਂ ਦਾ ਮਤਲਬ ਇਹ ਹੈ ਕਿ ਹੇ ਅੱਲਾ, ਬਾਦਸ਼ਾਹੀ ਤਾਂ ਮਾਲਕ ਤੂੰ ਹੀ ਹੈ, ਜਿਸ ਨੂੰ ਚਾਹੇ ਬਾਦਸ਼ਾਹੀ ਦੇਵੇਂ ਤੇ ਜਿਸ ਨੂੰ ਚਾਹੇ ਇੱਜ਼ਤ ਦੇਵੇਂ, ਜਿਸ ਨੂੰ ਚਾਹੇ ਬੇਇੱਜ਼ਤੀ ਦੇਵੇਂ, ਤੇਰੇ ਹੀ ਹੱਥ ਵਿੱਚ ਭਲਾਈ ਹੈ, ਬੇਸ਼ੱਕ ਤੂੰ ਹਰ ਚੀਜ਼ ਤੇ ਕਾਦਰ ਹੈ। ਮੋਚੀ ਨੇ ਮੁਸਾਫਰ ਦਾ ਜੁੱਤਾ ਮੁਰੰਮਤ ਕਰਦਿਆਂ ਕਿਹਾ ਕਿ ਪਾਪਾ, ਮੈਂ ਤੁਹਾਡੇ ਕੋਲੋਂ ਮਜ਼ਦੂਰੀ ਨਹੀਂ ਲਵਾਂਗਾ, ਤੁਸੀਂ ਮੈਨੂੰ ਕੁਝ ਇੱਦਾਂ ਯਾਦ ਕਰਵਾ ਦਿਓ ਤਾਂ ਕਿ ਮੈਂ ਉਹ ਜ਼ਬਾਨੀ ਪੜ੍ਹਦਾ ਰਹਾਂ। ਮੁਸਾਫਰ ਨੇ ਮੋਚੀ ਨੂੰ ਉਹ ਆਇਤ ਯਾਦ ਕਰਾਈ ਤੇ ਸਲਾਮ ਕਰਕੇ ਚਲਾ ਗਿਆ। ਉਹ ਮੁਸਾਫਰ ਬੜਾ ਖੁਸ਼ ਹੋ ਰਿਹਾ ਸੀ ਇਹ ਸੋਚ ਕੇ ਕਿ ਅੱਜ ਉਸਨੇ ਬਹੁਤ ਵਧੀਆ ਸੌਦਾ ਕੀਤਾ ਹੈ। ਖੈਰ, ਮੋਚੀ ਉਹ ਆਇਤ ਲਗਾਤਾਰ ਪੜ੍ਹਦਾ ਰਿਹਾ, ਜਿਸ ਨਾਲ ਉਸਦਾ ਪਿਆਰ ਜਿਹਾ ਪੈ ਗਿਆ। ਉਹ ਆਇਤ ਹਰ ਵੇਲੇ ਉਹਦੀ ਜ਼ੁਬਾਨ 'ਤੇ ਰਹਿੰਦੀ। ਜਦੋਂ ਵੀ ਉਹ ਚਿੜੀਆਂ ਦੀ ਚੂ ਚੂ ਸੁਣਦਾ, ਉਹ ਹੱਸ ਕੇ ਕਹਿੰਦਾ, ਵਾਹ ਭਾਈ ਵਾਹ, ਤੇ ਨਵੀਂ ਆਇਤ ਯਾਦ ਹੋ ਗਈ। ਇਸੇ ਤਰ੍ਹਾਂ ਕਈ ਦਿਨ ਲੰਘ ਗਏ ਤੇ ਅਚਾਨਕ ਮੋਚੀ ਉੱਪਰ ਇੱਕ ਮੁਸੀਬਤ ਆਣ ਪਈ। ਕਾਫ਼ੀ ਦਿਨ ਤੋਂ ਕੋਈ ਵੀ ਜੁੱਤਾ ਮੁਰੰਮਤ ਹੋਣ ਲਈ ਨਹੀਂ ਆਇਆ, ਕੋਈ ਵੀ ਖਾਂਕ ਨਹੀਂ ਆਇਆ। ਮੋਚੀ ਦੇ ਕੋਲ ਕੁਝ ਕੁ ਪੈਸੇ ਬਚੇ ਸੀ, ਉਹਨਾਂ ਦਾ ਉਹ ਆਟਾ ਲੈ ਆਇਆ। ਕੁਝ ਦਿਨਾਂ ਲਈ ਖਾਣੇ ਦਾ ਇੰਤਜ਼ਾਮ ਹੋ ਗਿਆ, ਪਰ ਕੰਮ ਅਜੇ ਵੀ ਉਹਦੇ ਕੋਲ ਨਹੀਂ ਸੀ। ਆਟਾ ਵੀ ਖਤਮ ਹੋ ਗਿਆ ਸੀ ਤੇ ਚਿੜੀਆਂ ਵੀ ਰੋਟੀ ਦੀ ਉਡੀਕ ਕਰਦੀਆਂ ਕਰਦੀਆਂ ਵਾਪਸ ਚਲੀਆਂ ਗਈਆਂ। ਮੋਚੀ ਨੇ ਕਈ ਵਾਰ ਉੱਠ ਕੇ ਸਿਰਫ ਪਾਣੀ ਪੀਤਾ। ਉਸਨੂੰ ਭੁੱਖ ਲੱਗ ਰਹੀ ਸੀ ਤੇ ਉਸਨੂੰ ਆਪਣੀ ਪਤਨੀ ਤੇ ਬੱਚਿਆਂ ਦੀ ਵੀ ਫਿਕਰ ਸੀ। ਫਿਰ ਸ਼ਾਮ ਨੂੰ ਥੱਕ ਕਰਕੇ ਘਰ ਵਾਪਸ ਆਇਆ। ਘਰ ਵਿੱਚ ਕੋਈ ਵੀ ਅਨਾਜ ਨਹੀਂ ਸੀ, ਸਾਰੇ ਜਾਣੇ ਭੁੱਖੇ ਪੇਟ ਸੌਂ ਗਏ। ਇਸ ਹਾਲਤ ਵਿੱਚ ਦੋ ਦਿਨ ਹੋਰ ਲੰਘ ਗਏ। ਪਾਣੀ ਤੋਂ ਇਲਾਵਾ ਕੁਝ ਵੀ ਉਹਨਾਂ ਦੇ ਪੇਟ ਵਿੱਚ ਨਹੀਂ ਗਿਆ ਸੀ। ਸਾਰੇ ਜੀਵ ਭੁੱਖ ਨਾਲ ਨਿਡਾਲ ਹੋ ਗਏ। ਘਰ ਦੇ ਵਿੱਚ ਕੋਈ ਐਸੀ ਚੀਜ਼ ਵੀ ਨਹੀਂ ਸੀ ਜਿਸ ਨੂੰ ਵੇਚ ਕੇ ਕੁਝ ਆਟਾ ਜਾਂ ਖਾਣ ਦੀ ਕੋਈ ਚੀਜ਼ ਲਿਆ ਸਕਣ। ਮੋਚੀ ਦੀ ਪਤਨੀ ਰੋਣ ਲੱਗੀ ਤੇ ਬੋਲੀ ਕਿ ਸਾਡੇ ਮਾਸੂਮ ਬੱਚੇ ਮਰ ਜਾਣਗੇ, ਚਾਰ ਦਿਨ ਹੋ ਗਏ ਨੇ, ਇਹਨਾਂ ਦੇ ਪੇਟ ਵਿੱਚ ਇੱਕ ਵੀ ਦਾਣਾ ਨਹੀਂ ਗਿਆ, ਇਹਨਾਂ ਬੱਚਿਆਂ ਦਾ ਕੀ ਕਸੂਰ ਹੈ। ਉਸਨੇ ਮੋਚੀ ਨੂੰ ਕਿਹਾ ਕਿ ਸਾਹਮਣੇ ਵਾਲੇ ਘਰ ਦੇ ਬਾਹਰ ਹਲਵਾਈ ਲੱਗੇ ਹੋਏ ਨੇ, ਖਾਣਾ ਬਣ ਰਿਹਾ ਹੈ, ਤੂੰ ਪੜੋਸੀ ਤੋਂ ਕੁਝ ਖਾਣਾ ਜਾਂ ਪੈਸੇ ਮੰਗ ਕੇ ਲੈ ਆ ਤਾਂ ਜੋ ਇਹਨਾਂ ਬੱਚਿਆਂ ਦਾ ਪੇਟ ਭਰ ਜਾਵੇ। ਮੋਚੀ ਉਦਾਸ ਬੈਠਾ ਸੀ। ਉਸਨੇ ਕਿਹਾ ਕਿ ਸਾਡੇ ਸਾਹਮਣੇ ਵਾਲਾ ਪੜੋਸੀ ਬਹੁਤ ਘਮੰਡੀ ਹੈ, ਮੈਂ ਕਿਸੇ ਦਾ ਅਹਿਸਾਨ ਨਹੀਂ ਲੈਣਾ ਚਾਹੁੰਦਾ, ਪਰ ਇਹਨਾਂ ਬੱਚਿਆਂ ਦੀ ਹਾਲਤ ਮੇਰੇ ਤੋਂ ਦੇਖੀ ਨਹੀਂ ਜਾ ਰਹੀ, ਮੈਨੂੰ ਉਹਦੇ ਤੋਂ ਕੋਈ ਉਮੀਦ ਤਾਂ ਨਹੀਂ, ਪਰ ਜੇ ਤੂੰ ਕਹਿੰਦੀ ਹੈ ਤਾਂ ਮੈਂ ਚਲੇ ਜਾਂਦਾ ਹਾਂ, ਸ਼ਾਇਦ ਰੱਬ ਉਹਦੇ ਦਿਲ ਵਿੱਚ ਰਹਿਮ ਪੈਦਾ ਕਰ ਦੇਵੇ। ਮੋਚੀ ਆਪਣੇ ਪੜੋਸੀ ਕੋਲ ਗਿਆ ਤੇ ਉਸਨੂੰ ਸਲਾਮ ਕੀਤਾ, ਫਿਰ ਬੋਲਿਆ, ਚਾਰ ਦਿਨ ਦੀ ਭੁੱਖ ਨੇ ਮੈਨੂੰ ਮਜਬੂਰ ਕਰ ਦਿੱਤਾ ਹੈ ਕਿ ਮੈਂ ਆਪਣੇ ਬੱਚਿਆਂ ਲਈ ਤੁਹਾਡੇ ਕੋਲੋਂ ਖਾਣਾ ਮੰਗਣ ਆਇਆ ਹਾਂ, ਹੁਣ ਜਾਂ ਤਾਂ ਮੈਨੂੰ ਕੁਝ ਪੈਸੇ ਹੀ ਉਧਾਰ ਦੇ ਦਿਓ, ਜਦੋਂ ਵੀ ਮੇਰੇ ਕੋਲ ਪੈਸਿਆਂ ਦਾ ਇੰਤਜ਼ਾਮ ਹੋਵੇਗਾ ਮੈਂ ਤੁਹਾਨੂੰ ਪੈਸੇ ਵਾਪਸ ਕਰ ਦੇਵਾਂਗਾ, ਬੱਚਿਆਂ ਦੀ ਹਾਲਤ ਮੇਰੇ ਤੋਂ ਦੇਖੀ ਨਹੀਂ ਜਾ ਰਹੀ, ਜੇ ਤੁਹਾਨੂੰ ਯਕੀਨ ਨਾ ਹੋਵੇ ਤਾਂ ਤੁਸੀਂ ਮੇਰੇ ਘਰ ਆ ਕੇ ਵੇਖ ਸਕਦੇ ਹੋ, ਜੇਕਰ ਅੱਜ ਵੀ ਉਹਨਾਂ ਨੂੰ ਖਾਣਾ ਨਾ ਮਿਲਿਆ ਤਾਂ ਉਹ ਮਰ ਜਾਣਗੇ। ਪੜੋਸੀ ਹੰਕਾਰ ਵਿੱਚ ਹੱਸਦਾ ਹੋਇਆ ਬੋਲਿਆ, ਤੂੰ ਤਾਂ ਬੜਾ ਚਲਾਕ ਹੈ, ਘਰ ਦੇ ਬਾਹਰ ਹਲਵਾਈ ਹੋਏ ਲੱਗੇ ਦੇਖ ਕੇ ਸੋਚਦਾ ਹੋਣਾ ਕਿ ਮੰਗ ਕੇ ਖਾ ਲੈਂਦੇ ਆ, ਮਿਹਨਤ ਕਰਕੇ ਪੈਸੇ ਕਮਾਉਣ ਵਿੱਚ ਤੁਹਾਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ, ਮੈਨੂੰ ਵੇਖ ਮੈਂ ਬੜੀ ਮਿਹਨਤ ਕੀਤੀ ਹੈ, ਫਿਰ ਕਿਤੇ ਜਾ ਕੇ ਇਹ ਘਰ ਬਣਿਆ ਹੈ, ਮੈਂ ਤੇਰੇ ਵਰਗੇ ਮੁਫ਼ਤ ਖੋਰ ਉੱਪਰ ਪੈਸਾ ਕਿਉਂ ਖਰਾਬ ਕਰਾਂ ਜਾਂ ਇੱਥੋਂ ਤੁਰਦਾ ਲੱਗ। ਮੋਚੀ ਵਿਚਾਰਾ ਚੁੱਪ ਚਾਪ ਖੜਾ ਰਿਹਾ। ਪੜੋਸੀ ਨੇ ਆਪਣੇ ਨੌਕਰ ਨੂੰ ਆਵਾਜ਼ ਦਿੱਤੀ ਕਿ ਇਸ ਨੂੰ ਧੱਕੇ ਦੇ ਕੇ ਮੇਰੇ ਘਰ ਵਿੱਚੋਂ ਬਾਹਰ ਕੱਢੋ। ਤਿੰਨ ਨੌਕਰ
ਦੌੜਦੇ ਹੋਏ ਆਏ ਤੇ ਮੁੱਚੀ ਨੂੰ ਧੱਕਾ ਮਾਰ ਕੇ ਘਰ ਚੋਂ ਬਾਹਰ ਕੱਢ ਦਿੱਤਾ। ਮੁੱਚੀ ਵਿਚਾਰਾ ਜਿਸ ਵਿੱਚ ਹੁਨਰ ਤਾਂ ਸੀ ਪਰ ਤਾਕਤ ਨਹੀਂ ਸੀ, ਧੱਕਾ ਲੱਗਣ ਤੇ ਜ਼ਮੀਨ ਤੇ ਡਿੱਗ ਪਿਆ। ਉਸ ਦਾ ਮੱਥਾ ਥੱਲੇ ਪਏ ਪੱਥਰ ਨਾਲ ਟਕਰਾਇਆ ਜਿਸ ਨਾਲ ਉਹਦੇ ਮੱਥੇ ਵਿੱਚੋਂ ਲਹੂ ਵਹਿਣ ਲੱਗ ਪਿਆ। ਖੈਰ ਜਿਵੇਂ ਤਿਵੇਂ ਉਹ ਥੱਲਿਓਂ ਉੱਠਿਆ, ਮੱਥੇ ਤੇ ਹੱਥ ਰੱਖਿਆ ਤੇ ਮਸਜਿਦ ਵੱਲ ਨੂੰ ਤੁਰ ਪਿਆ। ਇਸ ਹਾਲਤ ਵਿੱਚ ਘਰ ਜਾਣ ਦੀ ਹਿੰਮਤ ਉਹਦੇ ਅੰਦਰ ਨਹੀਂ ਸੀ ਕਿਉਂਕਿ ਬੱਚੇ ਖਾਣ ਦੀ ਆਸ ਲਗਾਈ ਬੈਠੇ ਸੀ, ਬਾਪ ਦਾ ਇੰਤਜ਼ਾਰ ਕਰ ਰਹੇ ਸੀ। ਮਸਜਿਦ ਵਿੱਚ ਜਾ ਕੇ ਸਭ ਤੋਂ ਪਹਿਲਾਂ ਮੋਚੀ ਨੇ ਆਪਣੇ ਕੱਪੜੇ ਝਾੜੇ, ਜ਼ਖਮ ਸਾਫ਼ ਕੀਤਾ ਤੇ ਨਮਾਜ਼ ਪੜ੍ਹਨ ਲੱਗ ਪਿਆ। ਨਮਾਜ਼ ਅਦਾ ਕਰਨ ਦੇ ਬਾਅਦ ਉਹ ਰੱਬ ਦੇ ਸਾਹਮਣੇ ਰੋ ਰੋ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣ ਲੱਗ ਪਿਆ। ਰੋਂਦਿਆਂ ਰੋਂਦਿਆਂ ਉਹ ਕਹਿਣ ਲੱਗਾ, ਹੇ ਅੱਲਾ, ਬਾਦਸ਼ਾਹੀ ਤਾਂ ਮਾਲਕ ਤੂੰ ਹੀ ਹੈ, ਤੂੰ ਜਿਹਨੂੰ ਚਾਹੇ ਇੱਜ਼ਤ ਬਖਸ਼ਦਾ ਹੈ, ਤੂੰ ਜਿਹਨੂੰ ਚਾਹੇ ਜ਼ਿਲਤ ਦਿੰਦਾ ਹੈ, ਤੂੰ ਹਰ ਚੀਜ਼ 'ਤੇ ਕਾਦਰ ਹੈ। ਮੋਚੀ ਰੋ ਰਿਹਾ ਸੀ ਅਤੇ ਉਹੀ ਗੱਲ ਦੁਬਾਰਾ ਬੋਲਦਾ ਜਾ ਰਿਹਾ ਸੀ। ਇੰਨੇ ਵਿੱਚ ਮਸਜਿਦ ਵਿੱਚ ਇੱਕ ਆਦਮੀ ਆਇਆ। ਉਸਨੇ ਮੋਚੀ ਦੀ ਜ਼ੁਬਾਨ ਤੋਂ ਇਹ ਲਫ਼ਜ਼ ਸੁਣੇ ਅਤੇ ਉਹਦੇ ਦਿਲ 'ਤੇ ਬਹੁਤ ਗਹਿਰਾ ਅਸਰ ਹੋਇਆ। ਉਹ ਵੀ ਉੱਥੇ ਨਮਾਜ਼ ਪੜ੍ਹਨ ਲੱਗ ਪਿਆ। ਨਮਾਜ਼ ਪੜ੍ਹ ਕੇ ਉਸਨੇ ਮੋਚੀ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਮੈਂ ਇੱਕ ਵਪਾਰੀ ਹਾਂ ਅਤੇ ਇਸ ਸ਼ਹਿਰ ਵਿੱਚ ਆਪਣਾ ਸਮਾਨ ਲੈ ਕੇ ਆਇਆ ਹਾਂ, ਪਰ ਜਦੋਂ ਮੈਂ ਆਇਆ ਤਾਂ ਮੇਰੇ ਸਾਥੀ ਦੀ ਮੌਤ ਹੋ ਗਈ। ਹੁਣ ਮੈਨੂੰ ਇੱਕ ਨਵਾਂ ਮੁਲਾਜ਼ਮ ਚਾਹੀਦਾ ਹੈ। ਤੂੰ ਵੀ ਅੱਲਾ ਦੇ ਘਰ ਵਿੱਚ ਹੈ ਅਤੇ ਮੈਂ ਵੀ। ਜੇ ਤੂੰ ਮੇਰੇ ਨਾਲ ਕੰਮ ਕਰੇਂਗਾ ਤਾਂ ਮੈਂ ਤੇਰਾ ਪੂਰਾ ਹੱਕ ਦੇਵਾਂਗਾ, ਪਰ ਤੂੰ ਵਾਅਦਾ ਕਰਕੇ ਇਮਾਨਦਾਰੀ ਨਾਲ ਕੰਮ ਕਰੇਂਗਾ। ਮੋਚੀ ਨੇ ਰੱਬ ਦਾ ਸ਼ੁਕਰਾਨਾ ਕੀਤਾ ਕਿਉਂਕਿ ਰੱਬ ਨੇ ਉਹਦੀ ਦੁਆ ਸੁਣ ਲਈ ਸੀ। ਫਿਰ ਉਸ ਆਦਮੀ ਨੇ ਮੋਚੀ ਨੂੰ ਕੁਝ ਰਕਮ ਦਿੱਤੀ। ਮੋਚੀ ਨੇ ਉਹਨਾਂ ਪੈਸਿਆਂ ਨਾਲ ਕੁਝ ਖਾਣਾ ਖਰੀਦਿਆ ਅਤੇ ਘਰ ਲੈ ਗਿਆ। ਸਭ ਨੇ ਮਿਲ ਕੇ ਖਾਣਾ ਖਾਧਾ। ਮੋਚੀ ਨੇ ਵਪਾਰੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਥੋੜ੍ਹੇ ਸਮੇਂ ਦੇ ਵਿੱਚ ਉਸ ਦੇ ਕੋਲ ਕਾਫ਼ੀ ਸਾਰੇ ਪੈਸੇ ਹੋ ਗਏ। ਫਿਰ ਜਦ ਵਪਾਰੀ ਆਪਣੇ ਸ਼ਹਿਰ ਵਾਪਸ ਗਿਆ ਤਾਂ ਮੋਚੀ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਕਾਰੋਬਾਰ ਦੀ ਉਸ ਨੂੰ ਸਮਝ ਆ ਗਈ ਸੀ। ਰੱਬ ਨੇ ਉਹਦੇ ਕਾਰੋਬਾਰ ਵਿੱਚ ਬਰਕਤ ਪਾ ਦਿੱਤੀ ਅਤੇ ਮੋਚੀ ਕੁਝ ਹੀ ਸਮੇਂ ਦੇ ਵਿੱਚ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ। ਉਸ ਨੇ ਇੱਕ ਸੋਹਣਾ ਜਿਹਾ ਘਰ ਬਣਵਾਇਆ ਅਤੇ ਜਿਹੜੀ ਕੁਰਾਨ ਦੀ ਆਇਤ ਉਹ ਹਰ ਵੇਲੇ ਪੜ੍ਹਦਾ ਰਹਿੰਦਾ ਸੀ। ਉਸ ਦੀ ਲਿਖਤ ਇੱਕ ਪੱਥਰ 'ਤੇ ਲਿਖਾ ਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਲਗਾ ਦਿੱਤੀ। ਹੁਣ ਉਸਦੇ ਘਰ ਵਿੱਚ ਕਈ ਨੌਕਰ ਕੰਮ ਕਰਦੇ ਸੀ। ਰਸੋਈ ਵਿੱਚ ਬਹੁਤ ਸਾਰਾ ਖਾਣਾ ਪੱਕਦਾ ਸੀ। ਜੋ ਵੀ ਗਰੀਬ ਗੁਰਬਾ ਉਹਦੇ ਘਰ ਆਉਂਦਾ ਉਸਨੂੰ ਇੱਜ਼ਤ ਨਾਲ ਬਿਠਾਉਂਦਾ, ਖਾਣਾ ਖਿਲਾਉਂਦਾ ਅਤੇ ਉਹਦੀ ਮਦਦ ਕਰਦਾ। ਬੋਰਡ ਦੇ ਦਰੱਖਤ 'ਤੇ ਰਹਿਣ ਵਾਲੀਆਂ ਚਿੜੀਆਂ ਨੂੰ ਉਹ ਅੱਜ ਵੀ ਨਹੀਂ ਭੁੱਲਿਆ ਸੀ। ਉਹ ਹਰ ਰੋਜ਼ ਉਹਨਾਂ ਨੂੰ ਰੋਟੀ ਚੂਰ ਕੇ ਪਾਉਂਦਾ। ਫਿਰ ਇੱਕ ਵਾਰੀ ਸਰਦੀ ਦਾ ਮੌਸਮ ਸੀ ਅਤੇ ਇੱਕ ਬੁੱਢਾ ਆਦਮੀ ਠੰਡ ਦੇ ਕਾਰਨ ਬਾਹਰ ਕੰਮਦਾ ਹੋਇਆ ਉਹਦੇ ਦਰਵਾਜ਼ੇ 'ਤੇ ਆਇਆ। ਮੋਚੀ ਦਾ ਨੌਕਰ ਉਸਨੂੰ ਅੰਦਰ ਲੈ ਆਇਆ, ਉਸਨੂੰ ਨਵੇਂ ਕੱਪੜੇ ਦਿੱਤੇ ਅਤੇ ਰਸੋਈ ਵਿੱਚ ਜਾ ਕੇ ਗਰਮ ਗਰਮ ਖਾਣਾ ਖਵਾਇਆ। ਉਸ ਆਦਮੀ ਦੀ ਹਾਲਤ ਵੇਖ ਕੇ ਉਹ ਨੌਕਰ ਰੋਣ ਲੱਗ ਪਿਆ। ਇਤਫਾਕ ਨਾਲ ਮੋਚੀ ਜਾਗਦਾ ਸੀ। ਉਸਨੇ ਨੌਕਰ ਨੂੰ ਰੋਂਦੇ ਦੇਖ ਕੇ ਪੁੱਛਿਆ ਕਿ ਕੀ ਗੱਲ ਹੈ, ਤੂੰ ਰੋ ਕਿਉਂ ਰਿਹਾ ਹੈ? ਨੌਕਰ ਨੇ ਕਿਹਾ, ਹਜ਼ੂਰ, ਜੋ ਕੁਰਾਨ ਦੀ ਆਇਤ ਤੁਹਾਡੇ ਦਰਵਾਜ਼ੇ 'ਤੇ ਲਿਖੀ ਹੈ ਉਸ ਦਾ ਮਤਲਬ ਅੱਜ ਮੈਨੂੰ ਸਮਝ ਆਇਆ ਹੈ। ਇਹ ਬੁੱਢਾ ਜੋ ਹੁਣੇ ਹੁਣੇ ਕੰਮ ਦਾ ਇੱਥੇ ਆਇਆ ਹੈ, ਕਈ ਸਾਲ ਪਹਿਲਾਂ ਬਹੁਤ ਅਮੀਰ ਆਦਮੀ ਸੀ। ਉਸਦੇ ਕੋਲ ਬਹੁਤ ਦੌਲਤ ਸੀ, ਪਰ ਉਹ ਹਮੇਸ਼ਾ ਗਰੀਬ ਲੋਕਾਂ ਨੂੰ ਬੇਵਕੂਫ ਸਮਝਦਾ ਸੀ ਅਤੇ ਕਦੇ ਵੀ ਕਿਸੇ ਨੂੰ ਖੈਰਾਤ ਨਹੀਂ ਸੀ ਦਿੰਦਾ। ਅੱਜ ਉਸ ਰੱਬ ਨੇ ਇਸ ਨੂੰ ਇਸ ਹਾਲਤ ਵਿੱਚ ਬਣਾ ਕੇ ਭੇਜਿਆ ਹੈ। ਮੋਚੀ ਇਹ ਸੁਣ ਕੇ ਕਹਿੰਦਾ ਕਿ ਅਸਲ ਵਿੱਚ ਰੱਬ ਹਰ ਚੀਜ਼ 'ਤੇ ਕਾਦਰ ਹੈ, ਇੱਜ਼ਤ ਅਤੇ ਬੇਇੱਜ਼ਤੀ ਉਸਦੇ ਹੱਥ ਵਿੱਚ ਹੀ ਹੈ।
ਫਿਰ ਜਦੋਂ ਮੋਚੀ ਦੂਸਰੇ ਕਮਰੇ ਵਿੱਚ ਗਿਆ, ਉਸਨੇ ਦੇਖਿਆ ਕਿ ਇਹ ਤਾਂ ਉਸਦਾ ਉਹੀ ਪੁਰਾਣਾ ਹੰਕਾਰੀ ਪੜੋਸੀ ਬੈਠਾ ਹੈ ਜਿਸਨੇ ਕਈ ਸਾਲ ਪਹਿਲਾਂ ਉਸਨੂੰ ਧੱਕੇ ਦੇ ਕੇ ਘਰੋਂ ਕੱਢਿਆ ਸੀ। ਮੋਚੀ ਨੇ ਉਸਨੂੰ ਸਲਾਮ ਕੀਤਾ ਤੇ ਕਿਹਾ ਕਿ ਮੈਂ ਉਹੀ ਗਰੀਬ ਮੋਚੀ ਹਾਂ ਜੋ ਕਈ ਸਾਲ ਪਹਿਲਾਂ ਤੇਰਾ ਪੜੋਸੀ ਸੀ। ਇੱਕ ਵਾਰੀ ਕਈ ਦਿਨਾਂ ਦੀ ਭੁੱਖ ਨੇ ਮੈਨੂੰ ਮਜ਼ਬੂਰ ਕਰ ਦਿੱਤਾ ਸੀ ਕਿ ਮੈਂ ਤੇਰੇ ਦਰ ਤੇ ਮਦਦ ਮੰਗਣ ਲਈ ਆਇਆ। ਉਸੇ ਵੇਲੇ ਤੂੰ ਮੈਨੂੰ ਧੱਕਾ ਦੇ ਕੇ ਘਰੋਂ ਬਾਹਰ ਕੱਢਿਆ ਸੀ। ਉਸ ਦਿਨ ਜੋ ਮੇਰੇ ਮੱਥੇ 'ਤੇ ਚੋਟ ਲੱਗੀ ਸੀ ਉਸਦਾ ਨਿਸ਼ਾਨ ਅੱਜ ਵੀ ਹੈ। ਪੜੋਸੀ ਨੇ ਮੋਚੀ ਨੂੰ ਪਛਾਣ ਲਿਆ ਤੇ ਰੋਣ ਲੱਗ ਪਿਆ। ਰੋਂਦੇ ਰੋਂਦੇ ਉਹ ਬੋਲਿਆ, ਰੱਬ ਨੇ ਮੈਨੂੰ ਸਜ਼ਾ ਦਿੱਤੀ ਹੈ, ਮੇਰਾ ਸਾਰਾ ਕਾਰੋਬਾਰ ਤਬਾਹ ਹੋ ਗਿਆ, ਮੇਰੀ ਪਤਨੀ ਵੀ ਮਰ ਗਈ ਤੇ ਮੇਰੇ ਬੱਚੇ ਅਵਾਰਾ ਗਰਦੀ ਤੇ ਹੋ ਗਏ, ਮੈਂ ਖੁਦ ਬਿਮਾਰ ਹੋ ਗਿਆ ਹਾਂ, ਮੇਰਾ ਘਰ ਵੀ ਵਿਕ ਗਿਆ ਹੈ। ਹੁਣ ਮੇਰੇ ਕੋਲ ਨਾ ਤਾਂ ਸਿਰ 'ਤੇ ਛੱਤ ਹੈ ਤੇ ਨਾ ਹੀ ਕੋਈ ਆਸਰਾ। ਇਹ ਸੱਚ ਹੈ ਕਿ ਜਿਹੜਾ ਵੀ ਦੌਲਤ ਦਾ ਗਰੂਰ ਕਰਦਾ ਹੈ ਉਸਦਾ ਅੰਜਾਮ ਹਮੇਸ਼ਾ ਬੁਰਾ ਹੁੰਦਾ ਹੈ। ਉਹ ਰੱਬ ਜਿਸ ਨੂੰ ਚਾਹੇ ਇੱਜ਼ਤ ਬਖਸ਼ਦਾ ਹੈ ਤੇ ਜਿਸ ਨੂੰ ਚਾਹੇ ਜ਼ਿਲਤ ਦਿੰਦਾ ਹੈ। ਮੋਚੀ ਨੇ ਕਿਹਾ, ਹਾਂ ਹਰ ਚੀਜ਼ ਰੱਬ ਦੇ ਹੱਥ ਵਿੱਚ ਹੈ ਤੇ ਰੱਬ ਦੀ ਇਜਾਜ਼ਤ ਤੋਂ ਬਿਨਾਂ ਕਿਸੇ 'ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ। ਪੈਸਾ ਕੀ ਹੈ, ਇਹ ਤਾਂ ਆਉਣ ਜਾਣ ਵਾਲੀ ਚੀਜ਼ ਹੈ, ਇਹਦੇ 'ਤੇ ਗਰੂਰ ਕਰਨਾ ਚੰਗੀ ਗੱਲ ਨਹੀਂ ਹੁੰਦੀ। ਪਰ ਹੁਣ ਤੈਨੂੰ ਬਹੁਤ ਸਜ਼ਾ ਮਿਲ ਚੁੱਕੀ ਹੈ, ਸੱਚੇ ਦਿਲ ਨਾਲ ਰੱਬ ਤੋਂ ਮਾਫ਼ੀ ਮੰਗ ਲੈ, ਉਹ ਬੜਾ ਰਹਿਮ ਦਿਲ ਹੈ, ਉਹ ਜ਼ਰੂਰ ਤੇਰੀ ਮਾਫ਼ੀ ਕਬੂਲ ਕਰੇਗਾ। ਮੈਂ ਤੈਨੂੰ ਕੁਝ ਰਕਮ ਦੇ ਰਿਹਾ ਹਾਂ, ਇਸ ਨਾਲ ਤੂੰ ਦੁਬਾਰਾ ਕੰਮ ਸ਼ੁਰੂ ਕਰ ਲੈ, ਰੱਬ ਤੇਰੀ ਮਦਦ ਜ਼ਰੂਰ ਕਰੇਗਾ, ਕਿਉਂਕਿ ਬੇਸ਼ੱਕ ਰੱਬ ਹਰ ਚੀਜ਼ 'ਤੇ ਕਾਦਰ ਹੈ। ਸੋ ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲ ਦੌਲਤ ਸਿਰਫ ਪੈਸਾ ਨਹੀਂ, ਸਗੋਂ ਸਾਡੇ ਸੱਚੇ ਸੰਸਕਾਰ, ਦਰਿਆ ਦਿਲੀ ਅਤੇ ਵਿਸ਼ਵਾਸ ਹੈ। ਮੋਚੀ ਨੇ ਆਪਣੀ ਸਾਦਗੀ ਅਤੇ ਵਿਸ਼ਵਾਸ ਨਾਲ ਜੋ ਦਿਲੀ ਤਸੱਲੀ ਪਾਈ ਉਹ ਕਿਸੇ ਸੌਖੀ ਮਿਹਨਤ ਨਾਲ ਨਹੀਂ ਮਿਲਦੀ। ਜਦੋਂ ਅਸੀਂ ਸਬਰ ਨਾਲ ਕਿਸੇ ਦੀ ਮਦਦ ਕਰਦੇ ਹਾਂ ਜਾਂ ਕਿਸੇ ਦੀਆਂ ਛੋਟੀਆਂ ਛੋਟੀਆਂ ਦਾਤਾਂ ਨੂੰ ਸਮਰਪਿਤ ਕਰਦੇ ਹਾਂ ਤਾਂ ਰੱਬ ਉਸਦਾ ਫਲ ਜ਼ਰੂਰ ਦਿੰਦਾ ਹੈ। ਦੌਲਤ, ਇੱਜ਼ਤ ਅਤੇ ਬੇਇੱਜ਼ਤੀ ਸਿਰਫ ਉਸਦੇ ਹੱਥ ਵਿੱਚ ਹੈ, ਜਿਸ ਉੱਪਰ ਕਦੇ ਵੀ ਗਰੂਰ ਨਹੀਂ ਕਰਨਾ ਚਾਹੀਦਾ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜਿਹੜੇ ਲੋਕ ਆਪਣੇ ਹੰਕਾਰ ਵਿੱਚ ਜੀਵਨ ਗੁਜ਼ਾਰਦੇ ਨੇ ਉਹ ਅੰਤ ਵਿੱਚ ਹਮੇਸ਼ਾ ਸ਼ਰਮਿੰਦਗੀ ਦਾ ਸਾਹਮਣਾ ਕਰਦੇ ਨੇ ਅਤੇ ਦੂਜੇ ਪਾਸੇ ਜਿਹੜੇ ਇਨਸਾਨ ਨਿਮਰਤਾ ਨਾਲ ਰਹਿੰਦੇ ਨੇ ਉਹਨਾਂ ਨੂੰ ਰੱਬ ਅਮੀਰੀ ਅਤੇ ਇੱਜ਼ਤ ਨਾਲ ਨਿਵਾਜਦਾ ਹੈ। ਸੋ ਦੋਸਤੋ, ਉਮੀਦ ਕਰਦਾ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਲਈ ਆਪਣਾ ਖਿਆਲ ਰੱਖਣਾ, ਰੱਬ ਰਾਖਾ।